ਧੰਨ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀਓ ਜਗਤ ਗੁਰੂ ਸਤਿਗੁਰ ਅਰਦਾਸ ਮਾਜ ਦਾ 640ਵਾਂ ਆਗਮਨ ਪੁਰਬ ਸ੍ਰੀ ਗੁਰਦਾਸ ਜਨਮ ਭੂਮੀ ਕਾਂਛੀ ਬਨਾਰਸ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਕ੍ਰਾਂਤੀ ਟੀਮ ਦੀ ਟੀਮ ਵਿਸ਼ੇਸ਼ ਤੌਰ ਤੇ ਹਰ ਸਾਲ ਪਹੁੰਚਦੀ ਹੈ ਤਕਰੀਬਨ 5-6 ਸਾਲਾਂ ਤੋਂ ਲਗਾਤਾਰ ਕ੍ਰਾਂਤੀ ਟੀਵੀ ਟੀਮ ਪਹੁੰਚਦੀ ਹੈ ਔਰ ਜੋ ਵੀ ਪ੍ਰੋਗਰਾਮ ਹੁੰਦਾ ਹੈ ਉਹ ਕਵਰੇਜ ਕਰਕੇ ਸੰਗਤਾਂ ਤੱਕ ਪਹੁੰਚਾਉਂਦੀ ਹੈ ਸੋ ਜਿੱਥੇ ਅਸੀਂ ਅੱਜ ਹੁਣ ਇਸ ਟਾਈਮ ਖੜੇ ਹਾਂ ਇੱਥੇ ਤਕਰੀਬਨ ਲਗਭਗ 100 ਦੇ ਕਰੀਬ 80-50 ਤੋਂ ਲੈ ਕੇ 100 ਦੇ ਕਰੀਬ ਜਿਹੜਾ ਸ਼ਮਿਆਨੇ ਟੈਂਟ ਲੱਗੇ ਹੋਏ ਆ ਜਿਸ ਦੇ ਵਿੱਚ ਹਰਿਆਣਾ ਮੱਧ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਰਾਜਸਥਾਨ ਉੜੀਸਾ ਛੱਤੀਸਗੜ੍ਹ ਔਰ ਪੂਰੇ ਭਾਰਤ ਪੂਰੇ ਵਰਲਡ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਹੋਈਆਂ ਤੁਸੀਂ ਦੇਖ ਰਹੇ ਆ ਕਿ ਸੰਗਤਾਂ ਦਾ ਠਾਠਾ ਮਾਰਦਾ ਘੱਟ ਇੱਥੇ ਅੱਜ ਪਹੁੰਚਿਆ ਹੋਇਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਤਮਸਤਕ ਹੋਣਾ ਆ ਰਿਹਾ ਔਰ ਜਿੱਥੇ ਵੀ ਜਿਹੜਾ ਸੱਚਖੰਡ ਬੱਲਾ ਦੇ ਅਨਥਕ ਸੇਵਾਦਾਰ ਜੋ ਸੇਵਾਵਾਂ ਨਿਭਾ ਰਹੇ ਨੇ ਆਓ ਅਸੀਂ ਆਪ ਜੀ ਨੂੰ ਸਾਡੇ ਸੇਵਾਦਾਰ ਪ੍ਰਧਾਨ ਨਰਿੰਦਰ ਚੀਮਾ ਜੀ ਜੋ ਡੇਰਾ ਸੱਚਖੰਡ ਬੱਲਾ ਵਿਖੇ ਵੀ ਹਮੇਸ਼ਾ ਹੀ ਜੋ ਨਿਸ਼ਕਾਮ ਸੇਵਾ ਨਿਭਾਉਂਦੇ ਹਨ ਔਰ ਉਹ ਵੀ ਜਾਇਜ਼ਾ ਲੈਣ ਪਹੁੰਚੇ ਹੋਏ ਟੈਂਟਾਂ ਦੇ ਵਿੱਚ ਸੰਗਤਾਂ ਦਾ ਔਰ ਹਰੇਕ ਪ੍ਰਬੰਧ ਆਪਣੇ ਹੱਥੀਂ ਕਰਵਾ ਰਹੇ ਹਨ ਦੇਖ ਰੇਖ ਹੇਠ ਕਰਵਾ ਰਹੇ ਹਨ ਗੁਰਦੇਵ ਧੰਨ ਗੁਰਦੇਵ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਅਸੀਂ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰ ਨਰਿੰਦਰ ਚੀਮਾ ਜੀ ਉਹ ਜੋ ਵੀ ਪ੍ਰਬੰਧ ਚੱਲ ਰਹੇ ਹਨ ਡੇਰਾ ਸੱਚਖੰਡ ਬੱਲਾ ਵੱਲੋਂ ਗੁਰੂ ਰਵਿਦਾਸ ਜਨਮ ਭੂਮੀ ਸ੍ਰੀ ਗੋਵਰਧਨਪੁਰ ਵਾਰਾਨਸੀ ਵਿਖੇ ਆਓ ਅਸੀਂ ਉਹਨਾਂ ਤੋਂ ਜਾਇਜ਼ਾ ਲੈਂਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਤਿਆਰੀ ਉਹਨਾਂ ਨੇ ਸਾਰੀ ਸੰਗਤ ਲਈ ਕੀਤੀ ਹੋਈ ਹੈ ਜੈ ਗੁਰਦੇਵ ਜੈਗਦੇਵ ਜੀ ਸਭ ਤੋਂ ਪਹਿਲਾਂ ਤਾਂ ਸਾਰੀਆਂ ਵਿਸ਼ਵ ਦੀਆਂ ਸੰਗਤਾਂ ਨੂੰ ਸ੍ਰੀ ਗੁਰਦਾਸ ਮਹਾਰਾਜ ਜੀ ਦੇ 640ਵੇਂ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋ ਸ੍ਰੀ ਗੁਰੂ ਰਵਿਦਾਸ ਸ੍ਰੀ ਗੁਰਦਾਸ ਜਨਮਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ੍ਰੀ 108 ਸੰਤ ਨੰਜਨ ਦਾਸ ਮਹਾਰਾਜ ਜੀ ਵੱਲੋਂ ਵੀ ਵਰਲਡ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਔਰ ਅੱਜ ਦਾ ਇਹ ਸਮਾਗਮ ਜੋ ਸ੍ਰੀ ਗੁਰਦਾਸ ਮਹਾਰਾਜ ਦਾ ਜਨਮ ਦਿਹਾੜਾ 640ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸ੍ਰੀ 108 ਸੰਤ ਨੰਜਨ ਦਾਸ ਮਹਾਰਾਜ ਜੀ ਔਰ ਸ੍ਰੀ ਗੁਰਦਾਸ ਜਨਮਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਹੈ ਔਰ ਪੂਰੇ ਵਰਲਡ ਤੋਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਇਸ ਵੇਲੇ ਤੁਸੀਂ ਦੇਖ ਰਹੇ ਹੋ ਕ੍ਰਾਂਤੀ ਟੀਵੀ ਦੀ ਟੀਮ ਪੂਰੇ ਇਸ ਸਮਾਗਮ ਨੂੰ ਕਵਰੇਜ ਕਰ ਰਹੀ ਹੈ ਛਿੰਦਾ ਕੌਲਤਰ ਜੀ ਸੁਰਿੰਦਰ ਬੱਬੂ ਜੀ ਔਰ ਉਹਨਾਂ ਦੀ ਪੂਰੀ ਟੀਮ ਇਸ ਸਮਾਗਮ ਨੂੰ ਪੂਰੀ ਤਰ੍ਹਾਂ ਆਪਣੇ ਕੈਮਰੇ ਦੇ ਵਿੱਚ ਕਵਰੇਜ ਕਰਕੇ ਪੂਰੀਆਂ ਸੰਗਤਾਂ ਤੱਕ ਰੂਬਰੂ ਜਾਣੀ ਕਿ ਲਾਈਵ ਟੈਲੀਕਾਸਟ ਦਿਖਾ ਰਹੀਆਂ ਨੇ ਅਸੀਂ ਕ੍ਰਾਂਤੀ ਟੀਵੀ ਦਾ ਸ੍ਰੀ ਗੁਰਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਡੇਰਾ ਸੱਚਖੰਡ ਬੱਲਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਇਸ ਵੇਲੇ ਦਾ ਜੋ ਪ੍ਰੋਗਰਾਮ ਹੈ ਇਸ ਵੇਲੇ ਬਹੁਤ ਹੀ ਵਧੀਆ ਇਹ ਸਮਾਗਮ ਚੱਲ ਰਿਹਾ ਹੈ ਕੱਲ੍ਹ ਮਹਾਰਾਜ ਜੀ ਇਹ ਪਰਸੋਂ ਮਹਾਰਾਜ ਜੀ 7 ਤਰੀਕ ਨੂੰ ਜਲੰਧਰ ਤੋਂ ਸਪੈਸ਼ਲ ਟ੍ਰੇਨ ਰਾਹੀਂ ਕੱਲ੍ਹ ਸ਼ਾਮ ਨੂੰ 8 ਵਜੇ ਤੱਕ ਪਹੁੰਚੇ ਹਜ਼ਾਰਾਂ ਸੰਗਤਾਂ ਨੂੰ ਨਾਲ ਰਹਿ ਕੇ ਸੋ ਅਲੱਗ ਅਲੱਗ ਜਗ੍ਹਾ 'ਤੇ ਮਹਾਰਾਜ ਸਵਾਮੀ ਨੰਜਨ ਦਾਸ ਮਹਾਰਾਜ ਜੀ ਦਾ ਭਰਪੂਰ ਅਲੱਗ ਅਲੱਗ ਸਟੇਸ਼ਨਾਂ 'ਤੇ ਸਵਾਗਤ ਕੀਤਾ ਗਿਆ ਬਨਾਰਸ ਦੀ ਧਰਤੀ 'ਤੇ ਜਦੋਂ ਮਹਾਰਾਜ ਜੀ ਪਹੁੰਚੇ ਉਹਨਾਂ ਦਾ ਵੀ ਇਸ ਵੇਲੇ ਬਹੁਤ ਜ਼ਿਆਦਾ ਭਰਪੂਰ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਇਸ ਵੇਲੇ ਜੇ ਤੁਸੀਂ ਦੇਖੋਗੇ ਪੂਰੇ ਵਰਲਡ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਪੂਰੇ ਯੂਰਪ ਦੀਆਂ ਸੰਗਤਾਂ ਇੰਗਲੈਂਡ ਅਮਰੀਕਾ ਕੈਨੇਡਾ ਦੁਬਈ ਔਰ ਯੂਰਪ ਤੋਂ ਔਰ ਅਰਬ ਕੰਟਰੀ ਤੋਂ ਦੁਬਈ ਤੋਂ ਸਾਊਦੀ ਅਰਬ ਤੋਂ ਜੋਰਡਨ ਤੋਂ ਇੱਧਰ ਨਿਊਜ਼ੀਲੈਂਡ ਆਸਟ੍ਰੇਲੀਆ ਨੇਪਾਲ ਔਰ ਭਾਰਤ ਦੇ ਵਿੱਚੋਂ ਅਲੱਗ ਅਲੱਗ ਪੰਜਾਬ ਤਾਂ ਹੈ ਹੀ ਹੈ ਸੀ ਇਸ ਵੇਲੇ ਇੱਕ ਹੋਰ ਨਵੀਂ ਗੱਲ ਜਿਹੜੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਪਹਿਲਾਂ ਸੇਵਾਦਾਰ ਪੰਜਾਬ ਤੋਂ ਹੀ ਆਉਂਦੇ ਸੀ ਇਸ ਵੇਲੇ ਅਲੱਗ ਅਲੱਗ ਸਟੇਟਾਂ ਤੋਂ ਹਰਿਆਣੇ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਤੋਂ ਗੁਜਰਾਤ ਤੋਂ ਨੇਪਾਲ ਤੋਂ ਤੇ ਅਲੱਗ ਅਲੱਗ ਸਟੇਟਾਂ ਤੋਂ ਸੇਵਾਦਾਰ ਵੀ ਪਹੁੰਚੇ ਹੋਏ ਆ ਇੱਕ ਹੋਰ ਬਹੁਤ ਵੱਡੀ ਗੱਲ ਹੈ ਅੱਗੇ ਡੇਰਾ ਸੱਚਖੰਡ ਬੱਲਾਂ ਵੱਲੋਂ ਹੀ ਇਕੱਲਾ ਲੰਗਰ ਲਗਾਇਆ ਸੀ ਜਾਂਦਾ ਸੀਗਾ ਇਸ ਵੇਲੇ ਅਲੱਗ ਅਲੱਗ ਸ੍ਰੀ ਗੁਰੂ ਰਵਿਦਾਸ ਸਭਾਵਾਂ ਸ੍ਰੀ ਗੁਰੂ ਰਵਿਦਾਸ ਫੋਰਸਾਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੁਸਾਇਟੀਆਂ ਅਤੇ ਪਿੰਡਾਂ ਦੀਆਂ ਅਲੱਗ ਅਲੱਗ ਸੰਸਥਾਵਾਂ ਵੱਲੋਂ ਜਗ੍ਹਾ ਜਗ੍ਹਾ 'ਤੇ ਆਪਣੇ ਤੌਰ 'ਤੇ ਲੰਗਰ ਲਗਾਇਆ ਹੋਇਆ ਹੈ ਟਰੱਸਟ ਵੱਲੋਂ ਜੋ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੁਵਿਧਾ ਦੀ ਲੋੜ ਪੈਂਦੀ ਹੈ ਟਰੱਸਟ ਉਹਨਾਂ ਨੂੰ ਉਹਨਾਂ ਦਾ ਪੂਰਾ ਸਹਿਯੋਗ ਕਰਦਾ ਹੈ ਅਸੀਂ ਜਿੰਨੀਆਂ ਵੀ ਸਭਾਵਾਂ ਨੇ ਅਲੱਗ ਅਲੱਗ ਜਗ੍ਹਾ 'ਤੇ ਲੰਗਰ ਲਗਾਏ ਹੋਏ ਨੇ ਅਸੀਂ ਸਾਰੀਆਂ ਸਭਾਵਾਂ ਦਾ ਟਰੱਸਟ ਵੱਲੋਂ ਡੇਰਾ ਸੱਚਖੰਡ ਬੱਲਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਵਾਰੀ ਪ੍ਰਸ਼ਾਸਨ ਨੇ ਵੀ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਆਉਣ ਸਟੇਸ਼ਨ ਤੋਂ ਇੱਥੇ ਤੱਕ ਆਉਣ ਦੇ ਵਿੱਚ ਵੀ ਕੋਈ ਤੰਗੀ ਨਹੀਂ ਹੋਈ ਸੰਗਤਾਂ ਨੂੰ ਰਹਿਣ ਦੇ ਵਿੱਚ ਵੀ ਕੋਈ ਤੰਗੀ ਨਹੀਂ ਹੈ ਹੁਣ ਤੱਕ ਜਿੰਨਾ ਵੀ ਪ੍ਰਬੰਧ ਹੈ ਬਿਲਕੁਲ ਕੰਟਰੋਲ ਦੇ ਵਿੱਚ ਚੱਲ ਰਿਹਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਸ ਸਮਾਗਮ ਦੀ ਬਹੁਤ ਬਹੁਤ ਵਧਾਈ ਹੋਵੇ ਔਰ ਧੰਨ ਹਨ ਡੇਰਾ ਸੱਚਖੰਡ ਬੱਲਾਂ ਦੇ ਸੇਵਾਦਾਰ ਧੰਨ ਹੈ ਮਹਾਰਾਜ ਜੀ ਦੀ ਸੰਗਤ ਜਿਹੜੀ ਐਡੀ ਦੂਰ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧਰਮ ਗੁਰੂ ਸ੍ਰੀ 108 ਸੰਤ ਨੰਜਨ ਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਇੰਨਾ ਵੱਡਾ ਪਰ ਉਪਕਾਰ ਸਾਡੀਆਂ ਸੰਗਤਾਂ ਵਾਸਤੇ ਕੀਤਾ ਹੈ ਅਸੀਂ ਕੋਟਨ ਕੋਟਨ ਸਾਰੀਆਂ ਸੰਗਤਾਂ ਦਾ ਸਵਾਮੀ ਨੰਜਨ ਦਾਸ ਮਹਾਰਾਜ ਜੀ ਦਾ ਧੰਨਵਾਦ ਕਰਦੇ ਹਾਂ ਜੈ ਗੁਰਦੇਵ ਧੰਨਵਾਦ।